ਸੋ ਮੈਂ ਹੁਣੇ ਲਾਈਵ ਹੋ ਕੇ ਡਿਆ ਸੀ ਅਤੇ ਇਹ ਸੋਚਿਆ ਸੀ ਕਿ ਮੈਂ ਉਹਦੇ ਵਿੱਚ ਹੀ ਤੁਹਾਨੂੰ ਇਸ ਚੀਜ਼ ਦਾ ਸਲਿਊਸ਼ਨ ਦੱਸੂੰਗਾ ਕਿ ਡਜ਼ ਪੁਸ਼ਅਪਸ ਅਫੈਕਟ ਆਰ ਹਾਈਟ, ਕਿ ਪੁਸ਼ਅਪਸ ਜਿਹੜੇ ਡੰਡ ਆ ਉਹ ਸਾਡੀ ਹਾਈਟ 'ਤੇ ਜ਼ੋਰ ਪਾਉਂਦੇ ਆ, ਇਫੈਕਟ ਪਾਉਂਦੇ ਆ, ਕਿ ਪੁਸ਼ਅਪ ਦੇ ਨਾਲ ਸਾਡੀ ਹਾਈਟ ਇਨਕਰੀਜ਼ ਨਹੀਂ ਹੁੰਦੀ, ਕਿ ਪੁਸ਼ਅਪ ਦੇ ਨਾਲ ਸਾਡੀ ਜਿਹੜੀ ਹਾਈਟ ਆ ਰੁਕ ਜਾਂਦੀ ਹੈ। ਸੋ ਕਈ ਤਰ੍ਹਾਂ ਦੇ ਸਵਾਲ ਸੀ ਜਿਹੜੇ ਮੈਨੂੰ ਕਮੈਂਟਾਂ ਵਿੱਚ ਪੁੱਛੇ ਜਾਂਦੇ ਸੀ, ਇੰਸਟਾਗ੍ਰਾਮ 'ਤੇ ਵੀ ਪੁੱਛੇ ਜਾਂਦੇ ਸੀ, ਇਹਨਾਂ ਦੇ ਜਿਹੜੇ ਕੁਸ਼ਚਨ ਦੇ ਜਵਾਬ ਸੀ ਮੈਂ ਚਾਹੁੰਦਾ ਤਾਂ ਲਾਈਵ ਦੇ ਵਿੱਚ ਦੇ ਸਕਦਾ ਸੀ, ਪਰ ਮੈਂ ਨਹੀਂ, ਪਰ ਸੋ ਫਿਰ ਸੋਚਿਆ ਨਹੀਂ ਯਾਰ ਨਹੀਂ, ਇਹਦੇ ਵਾਸਤੇ ਇੱਕ ਵੱਖਰੀ ਅਲੱਗ ਵੀਡੀਓ ਬਣਾਉਂਦੇ ਹਾਂ ਆਪਾਂ। ਅਤੇ ਇਹਦੇ ਵਿੱਚ ਤੁਹਾਨੂੰ ਮੈਂ ਦੱਸੂੰਗਾ ਕਿ ਪੁਸ਼ਅਪ ਜਿਹੜੀ ਆ ਉਹ ਇੱਕ ਇਹੋ ਜਿਹੀ ਚੀਜ਼ ਆ ਜਿਹਦੇ ਨਾਲ ਤੁਹਾਡੀ ਪਾਵਰ ਇਨਕਰੀਜ਼ ਹੁੰਦੀ ਹੈ, ਸਟੈਮਿਨਾ ਇਨਕਰੀਜ਼ ਹੁੰਦਾ ਵਾ, ਸਟਰੈਂਥ ਇਨਕਰੀਜ਼ ਹੁੰਦੀ ਆ ਤੁਹਾਡੀ, ਮਤਲਬ ਕਿ ਕਹਿ ਲਓ ਕਿ ਸਟੈਮਿਨਾ, ਸਟਰੈਂਥ, ਇੰਡੋਰੈਂਸ, ਸਟਰੈਂਥ, ਪਾਵਰ ਸਭ ਕੁਝ ਇਨਕਰੀਜ਼ ਹੁੰਦਾ ਵਾ। ਅਤੇ ਇਹਨੂੰ ਸਭ ਕੁਝ ਮਿਲਾ ਕੇ ਪੁਸ਼ਅਪਸ ਨੂੰ ਇੱਕ ਆਲਰਾਊਂਡਰ ਐਕਸਰਸਾਈਜ਼ ਕਿਹਾ ਜਾਂਦਾ ਵਾ, ਮਤਲਬ ਕਿ ਜਿਹੜੇ ਡੰਡ ਬੈਠਕਾਂ ਆਪਾਂ ਲਾਉਂਦੇ ਹਾਂ, ਡੰਡ ਲਾਉਂਦੇ ਹਾਂ, ਬੈਠਕਾਂ ਨਹੀਂ ਇਕੱਲੇ ਡੰਡ ਜਿਹੜੇ ਲਾਉਂਦੇ ਹਾਂ ਆਪਾਂ, ਉਹਨਾਂ ਨੂੰ ਇੱਕ ਆਲਰਾਊਂਡਰ ਐਕਸਰਸਾਈਜ਼ ਕਿਹਾ ਗਿਆ ਵਾ। ਪੁਸ਼ਅਪਸ ਇੱਕ ਇਹੋ ਜਿਹੀ ਐਕਸਰਸਾਈਜ਼ ਆ ਜਿਹੜੀ ਤੁਸੀਂ ਕਿਤੇ ਵੀ ਲਾ ਸਕਦੇ ਹੋ, ਜਿਹੜੀ ਤੁਹਾਨੂੰ ਇੰਨਾ ਕੁਝ ਪ੍ਰੋਵਾਈਡ ਕਰ ਰਹੀ ਆ, ਸਟੈਮਿਨਾ ਦੇ ਰਹੀ ਆ, ਪਾਵਰ, ਸਟਰੈਂਥ, ਹੋਰ ਬੜਾ ਕੁਝ ਦੇ ਰਹੀ ਆ ਤੁਹਾਡੀ ਬੋਡੀ ਵਾਸਤੇ, ਤੁਹਾਡੀ ਬੋਡੀ ਨੂੰ ਫਿੱਟ ਰੱਖਦੀ ਆ, ਪੂਰਾ ਸਟਰੋਂਗ ਰੱਖਦੀ ਆ, ਅਤੇ ਉਹ ਕਿੱਦਾਂ ਮਾੜੀ ਹੋ ਸਕਦੀ ਆ ਤੁਹਾਡੀ ਬੋਡੀ ਵਾਸਤੇ, ਕਿੱਦਾਂ ਉਹ ਮਤਲਬ ਕਿ ਤੁਹਾਡੀ ਹਾਈਟ ਰੋਕ ਸਕਦੀ ਹੈ। ਉਹ ਪੁਸ਼ਅਪਸ ਆਲਰਾਊਂਡਰ ਐਕਸਰਸਾਈਜ਼ ਦਾ ਤੁਹਾਨੂੰ ਦੱਸਿਆ ਮੈਂ, ਅਤੇ ਪੁਸ਼ਅਪਸ ਦਾ ਤੁਹਾਨੂੰ ਕੋਈ ਵੀ ਨੁਕਸਾਨ ਨਹੀਂ ਹੈ। ਜਿਹੜੇ ਭਰਾ ਮੇਰੇ ਸੋਚਦੇ ਆ ਕਿ ਪੁਸ਼ਅਪਸ ਲਾਉਣ ਨਾਲ ਹਾਈਟ ਰੁਕ ਜਾਂਦੀ ਆ ਜਾਂ ਹਾਈਟ ਡਿਕਰੀਜ਼ ਹੋ ਜਾਂਦੀ ਆ, ਇੱਦਾਂ ਦੀ ਕੋਈ ਗੱਲ ਨਹੀਂ ਆ, ਪੁਸ਼ਅਪਸ ਨੇ ਬਹੁਤ ਜ਼ਿਆਦਾ ਬੈਨੀਫਿਟ ਮਿਲਦੇ ਆ, ਅਤੇ ਸਗੋਂ ਹਾਈਟ ਇਨਕਰੀਜ਼ ਹੁੰਦੀ ਹੋਵੇਗੀ, ਅਤੇ ਪੂਰੀ ਗਰੰਟੀ ਆ ਕਿ ਹਾਈਟ ਇਨਕਰੀਜ਼ ਹੁੰਦੀ ਹੋਵੇਗੀ, ਕਿਉਂਕਿ ਇੰਨਾ ਕੁਝ ਪੁਸ਼ਅਪ ਬੈਨੀਫਿਟ ਦੇ ਰਹੀ ਆ ਸਾਨੂੰ, ਅਤੇ ਮੈਨੂੰ ਨਹੀਂ ਲੱਗਦਾ ਕਿ ਉਹ ਤੁਹਾਡੀ ਹਾਈਟ 'ਤੇ ਕੋਈ ਇਫੈਕਟ ਕਰ ਰਹੀ ਹੈ ਜਾਂ ਤੁਹਾਡੀ ਹਾਈਟ ਨਹੀਂ ਵੱਧ ਰਹੀ ਪੁਸ਼ਅਪ ਨਾਲ। ਇਹਦੇ ਨਾਲ ਕੋਈ ਕਨੈਕਸ਼ਨ ਨਹੀਂ ਆ, ਪੁਸ਼ਅਪ ਦਾ ਹਾਈਟ ਦੇ ਨਾਲ ਕੋਈ ਕਨੈਕਸ਼ਨ ਨਹੀਂ ਹੈ ਦੋਨਾਂ ਦਾ ਆਪਸ ਵਿੱਚ, ਵੱਧਦੀ ਜ਼ਰੂਰ ਹੋਵੇਗੀ ਭਾਵੇਂ, ਪਰ ਰੁਕਦੀ ਨਹੀਂ ਆ ਹਾਈਟ ਦੇ ਨਾਲ। ਇੰਨਾ ਮੈਂ ਤੁਹਾਨੂੰ ਗਰੰਟੀ ਨਾਲ ਕਹਿੰਦਾ ਵਾਂ ਕਿ ਪੁਸ਼ਅਪਸ ਨਾਲ ਹਾਈਟ ਜਿਹੜੀ ਆ ਉਹ ਨਹੀਂ ਰੁਕਦੀ। ਤੁਸੀਂ ਡੇਲੀ ਪੁਸ਼ਅਪਸ ਲਾਓ, ਤੁਹਾਨੂੰ ਜਿੰਮ ਜਾਣ ਦੀ ਲੋੜ ਨਹੀਂ ਹੈ। ਜੇ ਤੁਸੀਂ ਆਪਣੀ ਬੋਡੀ ਫਿੱਟ ਰੱਖਣਾ ਚਾਹੁੰਦੇ ਹੋ, ਆਪਣੀ ਫਿਟਨੈਸ ਜਿਹੜੀ ਆ ਵਧੀਆ ਤਰੀਕੇ ਨਾਲ ਕਾਇਮ ਰੱਖਣਾ ਚਾਹੁੰਦੇ ਹੋ, ਅਤੇ ਇਹਦੇ ਵਾਸਤੇ ਆਪਣੀ ਬੋਡੀ ਨੂੰ ਫਿੱਟ ਰੱਖਣ ਵਾਸਤੇ ਤੁਸੀਂ ਗਰਾਊਂਡ ਵਰਕ ਕਰ ਸਕਦੇ ਹੋ। ਜੇ ਤੁਸੀਂ ਜਿੰਮ ਨਹੀਂ ਜਾ ਸਕਦੇ, ਕਈਆਂ ਕੋਲ ਜਿੰਮ ਜਾਣ ਜੋਗੇ ਪੈਸੇ ਨਹੀਂ ਹੁੰਦੇ, ਕਈ ਮੇਰੇ ਭਰਾ ਇਹ ਸੋਚਦੇ ਆ, ਕਈ ਇਹ ਸੋਚਦੇ ਆ ਉਹ ਜਿੰਮ ਜਾਣ ਜੋਗੇ ਪੈਸੇ ਤਾਂ ਹੁੰਦੇ ਆ, ਪਰ ਉਹ ਸੋਚਦੇ ਆ ਜਿੰਮ 'ਚ ਜਾਵਾਂ ਕਿੱਦਾਂ ਮੈਂ, ਕਈ ਇਹ ਸੋਚ ਕੇ ਕੁਇਟ ਕਰ ਦਿੰਦੇ ਆ, ਕਈ ਇਹ ਸੋਚ ਕੇ ਕੁਇਟ ਕਰਦੇ ਉਹ ਜਿੰਮ ਤਾਂ ਚਲ ਜਾਂਦੇ ਆ, ਪਰ ਜਿੰਮ ਦੇ ਵਿੱਚ ਆਪਣੇ ਤੋਂ ਸੀਨੀਅਰਸ ਨੂੰ ਦੇਖ ਕੇ, ਜਿਹੜੇ ਉਹਨਾਂ ਤੋਂ ਕਈ ਟਾਈਮ ਪਹਿਲਾਂ ਮਿਹਨਤ ਕਰ ਰਹੇ ਆ, ਉਹਨਾਂ ਦੀ ਬੋਡੀ ਨੂੰ ਦੇਖ ਕੇ ਜਾਂ ਉਹ ਜਿੰਨਾ ਵੇਟ ਲਿਫਟ ਕਰਦੇ ਆ, ਉਹਨਾਂ ਨੂੰ ਦੇਖ ਕੇ ਉਹ ਪਿੱਛੇ ਹਟ ਜਾਂਦੇ, ਯਾਰ ਨਹੀਂ ਕਿੱਥੇ ਉਹ ਅਤੇ ਕਿੱਥੇ ਮੈਂ, ਉਹ ਇਹ ਵੀ ਚੀਜ਼ ਸੋਚ ਕੇ ਫਿਰ ਕਵਿਟ ਕਰ ਦਿੰਦੇ ਆ। ਤੁਸੀਂ ਉਹਨਾਂ ਦੇ ਬਾਹਰਲੀ ਸਰੀਰ ਨੂੰ ਦੇਖ ਕੇ ਜਾਂ ਉਹ ਜੋ ਲਿਫਟ ਕਰ ਰਹੇ ਆ, ਜਿੰਨਾ ਭਾਰ ਉਹ ਲਿਫਟ ਕਰ ਰਹੇ ਆ, ਉਸ ਚੀਜ਼ ਨੂੰ ਦੇਖ ਕੇ ਕਵਿਟ ਨਾ ਕਰੋ। ਇਸ ਚੀਜ਼ ਨੂੰ ਦੇਖ ਕੇ ਸਗੋਂ ਮੋਟੀਵੇਟ ਹੋਵੋ ਕਿ ਯਾਰ ਉਹ ਕਿੰਨੇ ਚਿਰ ਦਾ ਮਿਹਨਤ ਕਰ ਰਿਹਾ ਵਾ, ਅਤੇ ਉਹਨੇ ਇੰਨੀ ਬੋਡੀ ਬਣਾਈ ਆ ਜਾਂ ਇੰਨਾ ਭਾਰੋਂ ਲਿਫਟ ਕਰ ਰਿਹਾ, ਅਤੇ ਮੈਂ ਵੀ ਉਹਦੇ ਵਾਂਗੂ ਮਿਹਨਤ ਕਰਕੇ ਉਹਦੇ ਨਾਲੋਂ ਵੱਧ ਜਿਹੜਾ ਵਾ ਬੋਡੀ ਵੀ ਬਣਾਊਂਗਾ ਅਤੇ ਉਹਦੇ ਨਾਲੋਂ ਵੱਧ ਭਾਰ ਲਿਫਟ ਵੀ ਕਰੂੰਗਾ। ਅਤੇ ਕਈ ਜਣੇ ਇਹ ਵੀ ਸੋਚ ਕੇ ਕਰ ਦਿੰਦੇ ਆ, ਯਾਰ ਘਰ ਰਹਿ ਕੇ ਮੈਂ ਕਿੱਦਾਂ ਮਿਹਨਤ ਲਾਊਂਗਾ, ਨਾ ਮੇਰੇ ਕੋਈ ਜਿੰਮ ਆ, ਨਾ ਕੋਈ ਡੰਬਲ ਆ, ਨਾ ਕੋਈ ਵੇਟ ਇਕਵਿਪਮੈਂਟ ਆ, ਕੁਝ ਵੀ ਹੈ ਨਹੀਂ ਆ, ਤਾਂ ਮੈਂ ਮਿਹਨਤ ਕਿੱਦਾਂ ਲਾਊਂਗਾ। ਸੋ ਪੁਸ਼ਅਪ ਜਿਹੜੀ ਆ ਸਭ ਤੋਂ ਬੈਸਟ ਐਕਸਰਸਾਈਜ਼ ਆ, ਤੁਹਾਡੀ ਬੋਡੀ ਨੂੰ ਸਟਰੋਂਗ ਕਰਦੀ ਆ, ਜਿਵੇਂ ਤੁਹਾਨੂੰ ਮੈਂ ਦੱਸਿਆ ਕਿ ਸਭ ਕੁਝ ਤੁਹਾਨੂੰ ਪ੍ਰੋਵਾਈਡ ਕਰਦੀ ਆ, ਬੈਨੀਫਿਟ ਦਿੰਦੀ ਆ ਬਹੁਤ ਜ਼ਿਆਦਾ ਪੁਸ਼ਅਪਸ। ਪੁਸ਼ਅਪਸ ਦੇ ਨਾਲ ਨਾਲ ਤੁਸੀਂ ਬੈਠਕਾਂ ਲਾ ਸਕਦੇ ਹੋ, ਸਿਟਅਪਸ ਲਾ ਸਕਦੇ ਹੋ, ਕਰੰਚੀਸ ਲਾ ਸਕਦੇ ਹੋ, ਐਬਡੋਮੀਨਲ ਵਾਸਤੇ ਸਭ ਕੁਝ ਤੁਸੀਂ ਆਪਣੀ ਬੋਡੀ ਦੇ ਨਾਲ ਕਰ ਸਕਦੇ ਹੋ। ਜਿੰਮ ਜਾਣ ਦਾ ਮੈਂ ਇਹ ਨਹੀਂ ਕਹਿੰਦਾ ਕਿ ਫਾਇਦਾ ਨਹੀਂ ਆ, ਬਹੁਤ ਜ਼ਿਆਦਾ ਫਾਇਦਾ ਜਿੰਮ ਜਾਣ ਦਾ ਵੀ। ਜਿੰਮ ਦੇ ਨਾਲ ਤੁਹਾਡਾ ਹਰੇਕ ਮਸਲ ਦਾ ਜਿਹੜਾ ਪਾਰਟ ਆ ਵਧੀਆ ਤਰੀਕੇ ਨਾਲ ਸ਼ੇਪ 'ਚ ਆਉਂਦਾ ਵਾ। ਘਰ ਰਹਿ ਕੇ ਤੁਸੀਂ ਉਸ ਚੀਜ਼ ਨੂੰ, ਉਸ ਪਾਰਟ ਦੀ ਜਿੱਥੇ ਵੀ ਮਿਹਨਤ ਕਰਦੇ ਹੋ, ਤੁਸੀਂ ਘਰ ਰਹਿ ਕੇ ਸਿਰਫ ਉਹਨੂੰ ਤੁਸੀਂ ਸਟਰੋਂਗ ਕਰ ਸਕਦੇ ਹੋ, ਆਪਣੀ ਬੋਡੀ ਨੂੰ ਸਟੈਮਿਨਾ, ਆਪਣੀ ਬੋਡੀ 'ਚ ਸਟੈਮਿਨਾ ਇਨਕਰੀਜ਼ ਕਰ ਸਕਦੇ ਹੋ, ਐਨਰਜੈਟਿਕ ਬੋਡੀ ਬਣਾ ਸਕਦੇ ਹੋ, ਪਰ ਸ਼ੇਪ ਤੁਸੀਂ ਉਸ ਚੀਜ਼ ਵਰਗੀ ਨਹੀਂ ਬਣਾ ਸਕਦੇ ਜਿੱਦਾਂ ਦੀ ਤੁਸੀਂ ਜਿੰਮ 'ਚ ਬਣਾਓਗੇ।
ਘਰੇ ਰਹਿ ਕੇ ਵੀ ਮੈਂ ਕਹਿੰਦਾ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਘਰੇ ਰਹਿ ਕੇ ਸ਼ੇਪ ਬਣਾ ਹੀ ਨਹੀਂ ਸਕਦੇ ਆਪਣੇ ਕਿਸੇ ਮਸਲ ਦੀ, ਬਣਾ ਸਕਦੇ ਹੋ ਪਰ ਜੋ ਜਿਮ ਆ ਉਹ ਜਿਮ ਹੀ ਆ, ਪਰ ਤੁਸੀਂ ਮਿਹਨਤ ਕਰੋ ਘਰੇ। ਜਿਹੜੇ ਨਹੀਂ ਜਾ ਸਕਦੇ ਜਿਮ ਜਾਂ ਨਹੀਂ ਜਾਣਾ ਚਾਹੁੰਦੇ ਜਿਮ, ਤੁਸੀਂ ਘਰੇ ਮਿਹਨਤ ਕਰੋ। ਐਵਰੀਥਿੰਗ ਯੂ ਕੈਨ ਸਟਾਰਟ ਐਟ ਹੋਮ। ਸੋ ਪੁਸ਼ਅਪਸ ਆਰ ਵੈਰੀ ਗੁੱਡ ਫੋਰ ਅਸ, ਫੋਰ ਆਰ ਬੋਡੀ ਟੂ ਬੀ ਆ ਫਿੱਟ ਐਂਡ ਆ ਹੈਲਥੀ ਐਂਡ ਸਟੇ ਆ ਹੈਲਥੀ ਲਾਈਫ ਸਟਾਈਲ। ਸੋ ਯੂ ਸ਼ੁੱਡ ਟਰਾਈ ਡੇਲੀ ਐਂਡ ਪ੍ਰੈਕਟਿਸ ਇਟ ਮੋਰ ਐਂਡ ਮੋਰ। ਅਤੇ ਪ੍ਰੈਕਟਿਸ ਨੂੰ ਜ਼ਿਆਦਾ ਤੋਂ ਜ਼ਿਆਦਾ ਕਰੋ, ਟਰਾਈ ਡੇਲੀ ਕਰੋ ਪੁਸ਼ਅਪਸ ਨੂੰ, ਮੋਰਨਿੰਗ ਵੀ ਈਵਨਿੰਗ ਵੀ ਆ ਜਦੋਂ ਵੀ ਤੁਹਾਨੂੰ ਫ੍ਰੀ ਟਾਈਮ ਮਿਲਦਾ, ਪੁਸ਼ਅਪਸ ਜਿੱਥੇ ਕਿਤੇ ਵੀ ਤੁਸੀਂ ਟਰਾਈ ਕਰ ਸਕਦੇ ਹੋ, ਪੁਸ਼ਅਪਸ ਹੋ ਕੇ ਬੈਠਕਾਂ ਹੋ ਗਈਆਂ। ਸੋ ਇਹ ਜਿੱਥੇ ਕਿਤੇ ਵੀ ਤੁਸੀਂ ਟਰਾਈ ਕਰ ਸਕਦੇ ਹੋ। ਅਤੇ ਬਾਕੀ ਲਾਸਟ 'ਤੇ ਮੈਂ ਇਹੀ ਕਹੂੰਗਾ, ਮਿਹਨਤ ਕਰਦੇ ਰਹੋ, ਡੇਲੀ ਮਿਹਨਤ ਕਰੋ ਜਿਸ ਵੀ ਫੀਲਡ ਵਿੱਚ ਹੋ ਤੁਸੀਂ। ਅਤੇ ਪੁਸ਼ਅਪਸ ਨਾਲ ਤੁਹਾਨੂੰ ਕੋਈ ਇਫੈਕਟ ਨਹੀਂ ਹੈ, ਤੁਹਾਡੀ ਹਾਈਟ 'ਤੇ ਕੋਈ ਇਫੈਕਟ ਨਹੀਂ ਹੈ, ਹਾਈਟ ਤੁਹਾਡੀ ਇਨਕਰੀਜ਼ ਹੋਵੇਗੀ। ਪੁਸ਼ਅਪਸ ਨੂੰ ਹੋਰ ਜ਼ਿਆਦਾ ਇਨਕਰੀਜ਼ ਕਰੋ, ਇਨਕਰੀਜ਼ ਕਰੋ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ, ਅਤੇ ਵਧੀਆ ਤੁਸੀਂ ਸਟਰੋਂਗ ਬੋਡੀ ਬਣਾ ਲਓਗੇ। ਅਤੇ ਘਰੇ ਰਹਿ ਕੇ ਹੀ ਤੁਸੀਂ ਇਹ ਸਭ ਕੁਝ ਕਰ ਸਕਦੇ ਹੋ, ਇਸ ਲਈ ਪੁਸ਼ਅਪਸ ਡੇਲੀ ਟਰਾਈ ਕਰੋ। ਬਾਕੀ ਵੀਡੀਓ ਸ਼ੇਅਰ ਕਰ ਦਿਓ ਜਿਹਨੂੰ ਇਸ ਵੀਡੀਓ ਦੀ ਜ਼ਰੂਰਤ ਹੋਵੇ, ਜਿਸ ਕਿਸੇ ਤੁਹਾਡੇ ਰਿਸ਼ਤੇਦਾਰ ਵਿੱਚ, ਤੁਹਾਡੀ ਫੈਮਿਲੀ ਵਿੱਚ, ਤੁਹਾਡੇ ਦੋਸਤਾਂ ਵਿੱਚ, ਜਿਸ ਕਿਸੇ ਨੂੰ ਵੀ ਇਸ ਵੀਡੀਓ ਦੀ ਜ਼ਰੂਰਤ ਹੋਵੇ ਕਿ ਪੁਸ਼ਅਪ ਦੇ ਨਾਲ ਹਾਈਟ ਰੁਕਦੀ ਆ ਜਾਂ ਨਹੀਂ ਰੁਕਦੀ, ਜਾਂ ਤੁਸੀਂ ਜਿਮ ਜਾਣ ਦੀ ਮੋਟੀਵੇਸ਼ਨ ਲੈਣਾ ਚਾਹੁੰਦੇ ਹੋ ਕਿਸੇ ਤਰ੍ਹਾਂ ਦੀ ਮੋਟੀਵੇਸ਼ਨ, ਮਤਲਬ ਕਿ ਮਿਹਨਤ ਨੂੰ ਲੈ ਕੇ, ਤਾਂ ਉਸ ਨੂੰ ਵੀਡੀਓ ਜ਼ਰੂਰ ਸ਼ੇਅਰ ਕਰਿਓ। ਅਤੇ ਬਾਕੀ ਵਧੀਆ ਲੱਗੇ ਤਾਂ ਲਾਈਕ ਕਰ ਦਿਓ, ਚੈਨਲ ਨੂੰ ਕਰ ਦਿਓ ਸਬਸਕ੍ਰਾਈਬ। ਅਤੇ ਬਾਕੀ ਥੈਂਕ ਯੂ ਆਲ, ਕੀਪ ਸਪੋਰਟਿੰਗ, ਅਤੇ ਕਦੇ ਵੀ ਗਿਵ ਅਪ ਨਹੀਂ ਕਰਨਾ ਆਪਣੀ ਲਾਈਫ 'ਚ, ਨੈਵਰ ਐਵਰ ਗਿਵ ਅਪ ਇਨ ਯੋਰ ਲਾਈਫ। ਟੇਕ ਕੇਅਰ।